सत श्री अकाल जी सारयां नूं स्वागत है तुहाडा यम तड़का पंजाबी कुकिंग दे विच। अज आपां बनावांगे प्याज़ दे बहुत ही ज़्यादा टेस्टी लच्छेदार पकौड़े। ये पकौड़े बनाना बहुत ही आसान है। जे हाले तक तुसीं मेरे चैनल नूं सबसक्राइब नहीं कीता तां प्लीज़ मेरे चैनल यम तड़का पंजाबी कुकिंग नूं सबसक्राइब करो ते नाल लगदे बैल आइकन नूं जरूर प्रेस करो तां कि मेरी आउण वाली हर वीडियो नोटिफिकेशन तुहानूं सब तों पहलां मिलन। ते आओ रेसिपी बनाउणा शुरू करदे हां। इत्थे मैं 5-6 प्याज ले आ ते इन्हां नूं असीं स्लाइस विच कट्टांगे। बिल्कुल पतले पतले लंबे प्याज कट्टने हन। प्याज दे पकौड़े बनाउण लई प्याज हमेशा इस तरह पतले ही कट्टो। इहदे नाल जिहड़े पकौड़े आ उह काफ़ी क्रिस्पी बनदे हन। ते हुण सारे प्याज असीं पतले लंबे कट्ट ले आ ते हुण असीं इहदे विच पावांगे 1/2 चम्मच नमक ते इहनूं चंगी तरहां नाल असीं मिक्स करांगे। ते हुण असीं प्याज दी स्लाइस चंगी तरहां इस तरह मल मल के खोल लवांगे ਤਾਂ ਕਿ ਜਿਹੜਾ ਨਮਕ ਹੈ ਚੰਗੀ ਤਰ੍ਹਾਂ ਸਾਰੇ ਪਿਆਜ਼ਾਂ ਨੂੰ ਲੱਗ ਜਾਵੇ। ਅਤੇ ਹੁਣ ਅਸੀਂ ਪਿਆਜ਼ 10 ਮਿੰਟ ਵਾਸਤੇ ਢੱਕ ਕੇ ਰੱਖ ਦੇਵਾਂਗੇ। ਅਤੇ ਹੁਣ 10 ਮਿੰਟ ਹੋ ਗਿਆ ਤਾਂ ਅਸੀਂ ਚੈੱਕ ਕਰਦੇ ਹਾਂ। ਪਿਆਜ਼ ਜਿਹੜੇ ਇੱਦਾਂ ਥੋੜ੍ਹੇ ਬਹੁਤੇ ਜੁੜੇ ਹੋਏ ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਇਕੱਲੇ ਇਕੱਲੇ ਕਰ ਲਵਾਂਗੇ। ਦੇਖੋ ਕਾਫ਼ੀ ਜ਼ਰਾ ਪਾਣੀ ਛੱਡ ਦਿੱਤਾ ਹੈ ਪਿਆਜ਼ਾਂ ਨੇ ਅਤੇ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਨਿਚੋੜ ਲਵਾਂਗੇ ਤਾਂ ਕਿ ਇਹਨਾਂ ਦਾ ਸਾਰਾ ਪਾਣੀ ਜਿਹੜਾ ਉਹ ਨਿਕਲ ਜਾਵੇ। ਅਤੇ ਜੇ ਅਸੀਂ ਪਿਆਜ਼ ਵਿੱਚੋਂ ਪਾਣੀ ਨਹੀਂ ਕੱਢਦੇ ਤਾਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਬੇਸਣ ਪਾਉਣਾ ਪਏਗਾ ਜਿਹਦਾ ਕਰਕੇ ਕਿ ਪਕੌੜੇ ਜ਼ਰਾ ਸਵਾਦ ਨਹੀਂ ਬਣਦੇ ਅਤੇ ਉਹਨਾਂ ਵਿੱਚ ਪਿਆਜ਼ ਦਾ ਸਵਾਦ ਬਹੁਤ ਘੱਟ ਆਉਂਦਾ ਹੈ। ਅਤੇ ਪਿਆਜ਼ ਦੇ ਪਕੌੜਿਆਂ ਵਿੱਚ ਹਮੇਸ਼ਾ ਪਿਆਜ਼ ਜ਼ਿਆਦਾ ਅਤੇ ਬੇਸਣ ਘੱਟ ਹੋਵੇ ਤਾਂ ਹੀ ਪਕੌੜੇ ਜ਼ਰਾ ਟੇਸਟੀ ਲੱਗਦੇ ਹਨ। ਅਤੇ ਤੁਹਾਨੂੰ ਮੈਂ ਇੱਕ ਸੀਕਰਟ ਇੰਗਰੀਡੀਐਂਟ ਦੱਸਾਂਗੀ ਜਿਹਦੇ ਨਾਲ ਕਿ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਹਨ। ਅਤੇ ਦੇਖੋ ਅਸੀਂ ਸਾਰੇ ਪਿਆਜ਼ਾਂ ਦਾ ਪਾਣੀ ਕੱਢ ਲਿਆ ਵਾ ਅਤੇ ਦੇਖੋ ਕਿੰਨਾ ਜ਼ਿਆਦਾ ਪਾਣੀ ਨਿਕਲਿਆ ਵਾ ਇਹਨਾਂ ਵਿੱਚੋਂ। ਅਤੇ ਹੁਣ ਨਿਚੋੜੇ ਹੋਏ ਪਿਆਜ਼ ਦੇ ਸਲਾਈਸ ਅਸੀਂ ਇੱਕ ਬਾਊਲ ਵਿੱਚ ਪਾ ਲਵਾਂਗੇ। ਅਤੇ ਹੁਣ ਇੱਥੇ ਵੱਡੇ 3 ਚਮਚ ਅਸੀਂ ਬੇਸਣ ਦੇ ਪਾਵਾਂਗੇ। ਅਗਰ ਸਾਨੂੰ ਲੱਗੇ ਕਿ ਬੇਸਣ ਘੱਟ ਹੈ ਤਾਂ ਅਸੀਂ ਬਾਅਦ ਵਿੱਚ ਵੀ ਬੇਸਣ ਪਾ ਸਕਦੇ ਹਾਂ। ਅਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਇੱਕ ਸੀਕਰਟ ਇੰਗਰੀਡੀਐਂਟ, ਉਹ ਹੈ ਚਾਵਲ ਦਾ ਆਟਾ। ਚਾਵਲ ਦਾ ਆਟਾ ਆਸਾਨੀ ਨਾਲ ਹਰ ਗਰੋਸਰੀ ਸਟੋਰ ਤੋਂ ਮਿਲ ਜਾਂਦਾ ਹੈ। ਚਾਵਲ ਦੇ ਆਟੇ ਨਾਲ ਜਿਹੜੇ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣਦੇ ਹਨ। ਅਤੇ ਅਸੀਂ ਇੱਥੇ ਪਾਵਾਂਗੇ ਥੋੜ੍ਹੇ ਜਿਹੇ ਕੜੀ ਪੱਤਾ ਕੱਟੇ ਹੋਏ, ਇਹਦੇ ਨਾਲ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ। ਅਤੇ 2 ਚਮਚ ਬਰੀਕ ਕੱਟਿਆ ਹੋਇਆ ਧਨੀਆ ਪਾਵਾਂਗੇ। ਅਦਰਕ ਪਾਵਾਂਗੇ ਅਸੀਂ ਬਰੀਕ ਕੱਟਿਆ ਹੋਇਆ 1 ਚਮਚ ਦੇ ਕਰੀਬ। 2 ਬਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ ਪਾਵਾਂਗੇ। 1 ਨਿੰਬੂ ਦਾ ਰਸ ਪਾਵਾਂਗੇ। ਇਹਦੇ ਨਾਲ ਜਿਹੜੇ ਪਕੌੜੇ ਹਨ ਉਹ ਤੇਲ ਨੂੰ ਜ਼ਿਆਦਾ ਅਬਜ਼ਰਬ ਨਹੀਂ ਕਰਦੇ ਅਤੇ ਥੋੜ੍ਹੇ ਹਲਕੇ ਬਣਦੇ ਹਨ। ਅਤੇ ਚਮਚ ਦਾ 1/4 ਹਿੱਸਾ ਪਾਵਾਂਗੇ ਅਸੀਂ ਲਾਲ ਮਿਰਚ ਦਾ ਪਾਊਡਰ। ਅਤੇ ਥੋੜ੍ਹੀ ਜਿਹੀ ਅਸੀਂ ਹਲਦੀ ਪਾਵਾਂਗੇ ਚਮਚ ਦਾ 1/4 ਹਿੱਸਾ। ਅਤੇ ਚਮਚ ਦਾ 1/4 ਹਿੱਸਾ ਪਾਵਾਂਗੇ ਅਸੀਂ ਧਨੀਆ ਪਾਊਡਰ। ਅਤੇ ਥੋੜ੍ਹਾ ਜਿਹਾ ਅਸੀਂ ਪਾਵਾਂਗੇ ਇਹਦੇ ਵਿੱਚ ਗਰਮ ਮਸਾਲਾ। ਅਤੇ ਚਮਚ ਦਾ 1/4 ਹਿੱਸਾ ਪਾਵਾਂਗੇ ਅਸੀਂ ਆਮਚੂਰ ਦਾ ਪਾਊਡਰ। ਇਹਦੇ ਨਾਲ ਬਹੁਤ ਹੀ ਵਧੀਆ ਟੈਂਗੀ ਟੇਸਟ ਆਉਂਦਾ ਹੈ ਅਤੇ ਨਮਕ ਪਾਵਾਂਗੇ ਸਵਾਦ ਅਨੁਸਾਰ। ਅਤੇ ਚੰਗੀ ਤਰ੍ਹਾਂ ਨਾਲ ਇਹਨਾਂ ਨੂੰ ਮਿਕਸ ਕਰਾਂਗੇ। ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਕੁੱਟ ਕੁੱਟ ਕੇ ਮਿਕਸ ਕਰਨਾ ਹੈ, ਜਿਹੜਾ ਕਿ ਮਾੜਾ ਮੋਟਾ ਇਹਦੇ ਅੰਦਰ ਪਾਣੀ ਹੈ ਉਹ ਵੀ ਬਾਹਰ ਆ ਜਾਵੇ ਅਤੇ ਸਾਨੂੰ ਇਹਦੇ ਵਿੱਚ ਪਾਣੀ ਪਾਉਣ ਦੀ ਬਿਲਕੁਲ ਜ਼ਰੂਰਤ ਨਾ ਪਵੇ। ਬੇਸਣ ਬਹੁਤ ਹੀ ਧਿਆਨ ਨਾਲ ਪਾਉਣਾ ਹੈ, ਬੇਸਣ ਥੋੜ੍ਹਾ ਪਾਉਣਾ ਹੈ, ਨਹੀਂ ਤਾਂ ਸਾਨੂੰ ਇਹਦੇ 'ਚ ਪਾਣੀ ਪਾਉਣਾ ਪਏਗਾ ਜਿਹਦੇ ਨਾਲ ਕਿ ਪਕੌੜੇ ਸਵਾਦ ਨਹੀਂ ਬਣਦੇ। ਦੇਖੋ ਪਕੌੜਿਆਂ ਦੇ ਮਿਕਸਚਰ ਨੂੰ ਅਸੀਂ ਪਿਆਜ਼ ਦੇ ਪਾਣੀ ਵਿੱਚ ਹੀ ਤਿਆਰ ਕਰ ਲਿਆ ਹੈ। ਬਿਲਕੁਲ ਵੀ ਇਹਦੇ 'ਚ ਪਾਣੀ ਨਹੀਂ ਪਾਇਆ ਅਤੇ ਇਸ ਦੀ ਕੰਸਿਸਟੈਂਸੀ ਬਿਲਕੁਲ ਇਸ ਤਰ੍ਹਾਂ ਦੀ ਹੋਣੀ ਚਾਹੀਦੀ, ਆਟੇ ਵਰਗੀ। ਅਤੇ ਹੁਣ ਅਸੀਂ ਪਕੌੜਿਆਂ ਦਾ ਮਿਕਸਚਰ ਤਿਆਰ ਕਰ ਲਿਆ ਹੈ ਤਾਂ ਪਕੌੜਿਆਂ ਨੂੰ ਅਸੀਂ ਇਸ ਤਰ੍ਹਾਂ ਪਲੇਟ ਵਿੱਚ ਥੋੜ੍ਹਾ ਜਿਹਾ ਦਬਾ ਕੇ ਰੱਖ ਲਵਾਂਗੇ ਪਕੌੜੇ ਦੀ ਸ਼ੇਪ ਦੇ ਕੇ। ਤੇਲ ਗਰਮ ਹੈ ਤਾਂ ਸਾਰੇ ਪਕੌੜੇ ਹੌਲੀ ਹੌਲੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ। ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਤਾਂ ਪਕੌੜੇ ਪਾਉਣ ਤੋਂ ਪਹਿਲਾਂ ਥੋੜ੍ਹਾ ਜਿਹਾ ਇਹਦੀ ਜਿਹੜੀ ਹੀਟ ਹੈ ਉਹ ਘੱਟ ਕਰਨੀ ਹੈ, ਲੋ ਫਲੇਮ 'ਤੇ ਬਿਲਕੁਲ ਕਰ ਦੇਣਾ ਹੈ ਤੇਲ ਨੂੰ, ਤਾਂ ਫਿਰ ਇਹਦੇ ਵਿੱਚ ਪਕੌੜੇ ਪਾਉਣੇ ਹਨ। ਅਤੇ ਗੈਸ ਦੀ ਫਲੇਮ ਅਸੀਂ ਮੀਡੀਅਮ ਰੱਖਣੀ ਹੈ, ਬਹੁਤ ਜ਼ਿਆਦਾ ਹਾਈ ਫਲੇਮ ਨਹੀਂ ਰੱਖਣੀ, ਇਹ ਤਾਂ ਪਕੌੜੇ ਸਾਡੇ ਤੇਲ 'ਚ ਪਾਉਂਦੇ ਹੀ ਜਲ ਜਾਣਗੇ। ਅਤੇ ਨਾਲ ਦੀ ਨਾਲ ਅਸੀਂ ਵਿੱਚ ਵਿੱਚ ਪਕੌੜਿਆਂ ਨੂੰ ਹਿਲਾਉਂਦੇ ਰਵਾਂਗੇ। ਹੁਣ ਦੇਖੋ ਪਕੌੜਿਆਂ ਦਾ ਕਲਰ ਗੋਲਡਨ ਹੋਣਾ ਸ਼ੁਰੂ ਹੋ ਗਿਆ ਹੈ। ਸਾਡੇ ਗੋਲਡਨ ਅਤੇ ਕ੍ਰਿਸਪੀ ਪਕੌੜੇ ਤਿਆਰ ਹੋ ਗਏ ਹਨ ਤਾਂ ਅਸੀਂ ਇਹਨਾਂ ਨੂੰ ਹੁਣ ਬਾਹਰ ਪਲੇਟ ਵਿੱਚ ਕੱਢ ਲਵਾਂਗੇ। ਤੁਸੀਂ ਦੇਖ ਸਕਦੇ ਹੋ ਪਕੌੜੇ ਕਿੰਨੇ ਵਧੀਆ ਬਣੇ ਹਨ। ਤੁਹਾਨੂੰ ਮੇਰੇ ਪਕੌੜਿਆਂ ਦੀ ਰੈਸਪੀ ਕਿੱਦਾਂ ਲੱਗੀ ਮੈਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ ਅਤੇ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਅਤੇ ਫਿਰ ਮਿਲਦੇ ਇੱਕ ਨਵੀਂ ਰੈਸਪੀ ਦੇ ਨਾਲ। ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।